ਹਾਂਜੀ, ਆਪਾਂ ਫਿਰ ਲਾਇਵ ਹੋ ਗਏ ਹਾਂ ਅਤੇ ਅਸੀਂ ਪਹੁੰਚ ਰਹੇ ਹਾਂ ਵਾਹਗਾ ਬਾਰਡਰ। ਇਸ ਟਾਈਮ ਅਸੀਂ ਹੈਗੇ ਆ ਸ਼ਾਲੇਮਾਰ ਰੋਡ। ਇਹ ਉਹ ਰੋਡ ਹੈ, ਇੱਥੇ ਇੱਕ ਬਾਗ ਹੈ, ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ। ਹੁਣ ਨੇੜੇ ਅਸੀਂ ਪਹੁੰਚ ਰਹੇ ਹਾਂ। ਕਿਰਪਾ ਕਰਕੇ ਆਪ ਜੀ ਸ਼ੇਅਰ ਕਰੋ, ਲਾਈਕ ਕਰੋ ਪੇਜ ਨੂੰ। ਨਗਰ ਕੀਰਤਨ ਪਹੁੰਚ ਰਿਹਾ ਹੈ, ਤਕਰੀਬਨ ਅੱਧਾ ਘੰਟਾ ਲੱਗ ਜਾਏਗਾ, ਅੱਧਾ ਘੰਟਾ 20-30 ਮਿੰਟ ਅੱਗ, ਅੱਧਾ ਘੰਟਾ 40 ਮਿੰਟ ਨਨਕਾਣਾ ਸਾਹਿਬ ਨੂੰ ਪਹੁੰਚਣ ਨੂੰ। ਕਿਰਪਾ ਕਰਕੇ ਆਪ ਜੀ ਸ਼ੇਅਰ ਕਰੋ, ਨਗਰ ਕੀਰਤਨ ਦੇ ਦਰਸ਼ਨ ਕਰ ਲਓ। ਸ਼ੇਅਰ ਕਰਦੇ ਜਾਓ ਵੀਰ ਜੀ, ਅਸੀਂ ਪਹੁੰਚ ਰਹੇ ਹਾਂ ਇਤਿਹਾਸਿਕ ਨਗਰ ਕੀਰਤਨ। ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ, ਵਾਹਗਾ ਬਾਰਡਰ ਪਹੁੰਚ ਰਹੀਆਂ ਨੇ। ਕਿਰਪਾ ਕਰਕੇ ਆਪ ਜੀ ਸ਼ੇਅਰ ਕਰੋ ਤਾਂ ਕਿ ਆਪ ਜੀ ਦੇ ਕਰਕੇ ਹੋਰ ਵੀ ਸੰਗਤ ਦਰਸ਼ਨ ਕਰ ਸਕਣ। ਹੁਣ ਇਸ ਟਾਈਮ ਅਸੀਂ ਪਹੁੰਚ ਰਹੇ ਹਾਂ ਵਾਹਗਾ ਬਾਰਡਰ। 30 ਮਿੰਟ ਦੀ ਦੂਰੀ ਹੈ ਵਾਹਗਾ ਬਾਰਡਰ ਸਾਡੇ ਤੋਂ, ਅਤੇ ਸੰਗਤ ਜਿੱਥੇ ਜਿੱਥੇ ਵੀ ਉੱਥੇ ਬਾਰਡਰ ਦੇ ਨੇੜੇ ਆ, ਕਿਰਪਾ ਕਰਕੇ ਵਾਹਗਾ ਬਾਰਡਰ ਦੇ ਨੇੜੇ ਆ ਜਾਣ, ਵਾਹਗਾ ਸੰਗਤ ਦੇ ਸਵਾਗਤ ਵਾਸਤੇ, ਨਗਰ ਕੀਰਤਨ ਦੇ ਤਾਰੀਖੀ ਨਗਰ ਕੀਰਤਨ ਦੇ ਸਵਾਗਤ ਵਾਸਤੇ ਆ ਜਾਣ। ਹਾਂਜੀ ਬਾਬਾ ਜੀ, ਆਪ ਸਭ ਕੋ ਇਨਵਾਈਟ ਕੀਆ ਤਾਂ ਆਪ ਆਏ ਨਹੀਂ, ਮਿਸ ਕਰ ਰਹੇ ਹਾਂ ਆਪਕੋ ਬਾਬਾ ਜੀ, ਲਾਈਕ ਮਿਸ ਕਰ ਰਹੇ ਹਾਂ ਆਪਕੋ ਸਾਹਿਬ। ਦਰਸ਼ਨ ਕਰ ਸਕਦੇ ਹੋ ਆਪ ਜੀ, ਪੰਜ ਪਿਆਰਿਆਂ ਦਾ ਜੱਥਾ। ਹਾਂਜੀ ਲਾਇਓ ਵੀਡੀਓ ਹੈ, ਅਲੱਗ ਕਰਮ ਆਪ ਸੁਣਾਏ, ਠੀਕ ਹੈ ਅਲੱਗ ਕਰਮ। ਹਮ ਪਾਕਿਸਤਾਨੀ ਹੈ ਬੇਸਿਕਲੀ, ਹਮਾਰੇ ਮਹਿਮਾਨ ਆਏ ਅਭੀ ਜਾ ਰਹੇ ਹੈ ਵਾਹਗਾ ਬਾਰਡਰ ਸੇ। ਹਾਂਜੀ ਵੀਰੋ, 550.5 ਸਾਲ ਆ ਰਹੇ ਨਾ ਬਾਬਾ ਨਾਨਕ ਦਾ ਜਨਮ ਦਿਨ ਆ ਰਿਹਾ। ਹਾਂਜੀ ਇਹ ਵੇਖੋ ਵੀਰ ਜੀ, ਨਨਕਾਣਾ ਸਾਹਿਬ ਤੋਂ ਸੇਵਾ ਕਰ ਰਹੇ ਆ, ਪੁੱਲਾਂ ਦੀ ਵਰਤੋਂ ਕਰ ਰਹੇ ਆ ਵੀਰ ਜੀ। ਸਕਿਉਰਟੀ ਦੀ ਵੀ, ਸਕਿਉਰਟੀ ਦਾ ਵੀ ਬਹੁਤ ਆਲਾ ਇੰਤਜ਼ਾਮ ਹੈ ਪਾਕਿਸਤਾਨ ਗੌਰਮੈਂਟ ਵੱਲੋਂ, ਅਤੇ ਬਹੁਤ ਧੰਨਵਾਦ ਸਕਿਉਰਟੀ ਵਾਲਿਆਂ ਦਾ ਅਤੇ ਪੁਲਿਸ ਮਹਿਕਮਾ ਅਤੇ ਕਮਾਂਡੋ ਫੋਰਸ, ਮੁਖਤਲਿਫ ਏਜੰਸੀਆਂ। ਕਿਰਪਾ ਕਰਕੇ ਸ਼ੇਅਰ ਕਰ ਦਿਓ ਆਪ ਜੀ ਦੇ ਕਰਕੇ ਹੋਰ ਵੀ ਸੰਗਤ ਦਰਸ਼ਨ ਕਰ ਸਕਣ। ਕਿਰਪਾ ਕਰਕੇ ਸ਼ੇਅਰ ਕਰ ਦਿਓ ਆਪ ਜੀ। ਹਾਂਜੀ ਗੁਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਰਮਿੰਦਰ ਸਿੰਘ ਜੀ, ਸੰਗਤਾਂ ਨੂੰ ਸੰਗਤਾਂ ਦੇ ਸਵਾਗਤ ਕਰੋ ਆਪ ਜੀ। ਜਿਹੜੀ ਵੀ ਸੰਗਤ ਆ ਰਹੀ ਹੈ, ਜਿਹੜੇ ਸਿੱਖ ਸੰਗਤ ਰਹਿੰਦੀ ਹੈ ਵਾਹਗਾ ਬਾਰਡਰ ਦੇ ਨੇੜੇ, ਕਿਰਪਾ ਕਰਕੇ ਉਹ ਬਾਰਡਰ 'ਤੇ ਪੁੱਜ ਜਾਣ। ਅਸੀਂ ਪਹੁੰਚ ਰਹੇ ਹਾਂ, 25-30 ਮਿੰਟ ਲੱਗ ਜਾਂਦੇ ਆ ਸਾਨੂੰ ਪਹੁੰਚਣ 'ਤੇ। ਕਿਰਪਾ ਕਰਕੇ ਸ਼ੇਅਰ ਕਰ ਦਿਓ ਵੀਰ ਜੀ। ਜਤਿਨ ਨੰਦੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਵੀਰ ਜੀ, ਦਿੱਲੀ ਵੀ ਆਏਗਾ ਨਗਰ ਕੀਰਤਨ, ਆਪ ਜੀ ਵੀ ਸਵਾਗਤ ਕਰੋ ਨਗਰ ਕੀਰਤਨ ਦਾ। ਬਹੁਤ ਹੀ ਇਤਿਹਾਸਿਕ ਦਿਨ ਹੈ ਨਗਰ ਕੀਰਤਨ। ਨਨਕਾਣਾ ਸਾਹਿਬ ਤੋਂ ਇਸ ਟਾਈਮ ਪਹੁੰਚ ਰਿਹਾ ਹੈ ਵਾਹਗਾ ਬਾਰਡਰ ਆਖਰੀ ਸਫ਼ਰ। ਇਹ ਵੀਰ ਜੀ ਦੇਖੋ, ਸਵੇਰ ਦੇ ਲੱਗੇ ਆ ਸ਼ਬੀਲ ਦੀ ਸੇਵਾ ਕਰ ਰਹੇ ਆ। ਨਨਕਾਣਾ ਸਾਹਿਬ ਦੀ ਸੰਗਤ ਹੈਗੀ ਹੈ, ਹਾਂਜੀ। ਮਨਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਰਿਮੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
ਸੁਖਜੀਤ ਸਿੰਘ ਜੀ ਮਾਨ ਤਕਰੀਬਨ ਅੰਮ੍ਰਿਤਸਰ ਤੁਹਾਡਾ ਲਿਖ ਜਾਏਗਾ ਵੀਰ ਜੀ ਕੋਈ ਡੇਢ ਘੰਟਾ, ਕਿਉਂਕਿ ਵੀਜ਼ੇ ਉਹ ਜਿਹੜਾ ਪ੍ਰੋਸੈਸ ਹੁੰਦਾ ਹੈ ਕਾਨੂੰਨੀ ਉਹ ਵੀ ਕਰਨਾ ਪੈਂਦਾ ਹੈ ਬਾਰਡਰ 'ਤੇ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਛੇਤੀ ਦਰਸ਼ਨ ਕਰੋਗੇ ਨਗਰ ਕੀਰਤਨ ਦੇ, ਇਤਿਹਾਸਿਕ ਨਗਰ ਕੀਰਤਨ ਦੇ। ਸੰਗਤ ਮੇਰੇ ਖਿਆਲ ਦੇ ਇੰਡੀਅਨ ਸੰਗਤ ਵੀ ਪਹੁੰਚ ਚੁੱਕੀ ਹੋਏਗੀ, ਜਿਹੜੇ ਇੰਡੀਆ ਰਹਿੰਦੇ ਆ ਵਾਹਗਾ ਬਾਰਡਰ 'ਤੇ ਪਹੁੰਚ ਗਈ ਹੋਏਗੀ। ਕਿਰਪਾ ਕਰਕੇ ਆਪ ਜੀ ਵੀ ਸ਼ੇਅਰ ਕਰ ਦਿਓ। ਰਮੀਕ ਸਿੰਘ ਜੀ, ਹਾਂ ਜੀ ਵੀਰ ਜੀ, ਦਿੱਲੀ ਆਏਗਾ ਨਗਰ ਕੀਰਤਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਨਾਲ ਸ਼ਡਿਊਲ ਸਾਂਝੀ ਕਰੀ ਕਿਵੇਂ ਕਿਹੜੇ ਰਸਤੇ 'ਤੇ ਨਗਰ ਕੀਰਤਨ ਦਿੱਲੀ ਹੋ ਕੇ ਆਏਗਾ, ਵਾਪਸੀ ਅਹਤਤਾਮ ਜਾਂ ਐਂਡ ਨਗਰ ਕੀਰਤਨ ਦਾ ਸੁਲਤਾਨਪੁਰ ਲੋਧੀ ਵਿਖੇ ਹੋਏਗਾ ਨਵੰਬਰ ਨੂੰ। ਇੰਟਰਨੈਸ਼ਨਲ ਨਗਰ ਕੀਰਤਨ ਵੀ ਕਹਿ ਸਕਦੇ ਹਾਂ ਆਪਾਂ ਇਸਨੂੰ, ਅੰਤਰਰਾਸ਼ਟਰੀ ਵੀ ਕਹਿੰਦੇ ਆ ਆਪ ਜੀ। ਲਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਕੌਰ ਜੀ, ਗੁਰੂ ਰਾਕਾ ਜੀ, ਬਿਲਕੁਲ ਵਾਹਿਗੁਰੂ ਕਿਰਪਾ ਕਰੇ ਆਪ ਜੀ 'ਤੇ, ਕਿਰਪਾ ਕਰਕੇ ਆਪ ਜੀ ਵੀ ਸ਼ੇਅਰ ਕਰ ਦਿਓ, ਨਾਲੇ ਨਾਲੇ ਲਾਈਕ ਵੀ ਕਰਿਆ ਕਰੋ ਪੇਜ ਨੂੰ। ਪ੍ਰਿਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਬਸ ਪਹੁੰਚ ਹੀ ਰਹੇ ਹਾਂ, ਤਕਰੀਬਨ 20 ਮਿੰਟ ਲੱਗ ਜਾਂਦੇ ਆ ਸਾਨੂੰ ਬਾਰਡਰ 'ਤੇ ਪਹੁੰਚਣ ਨੂੰ। ਲਾਹੌਰ ਅਸੀਂ ਕ੍ਰਾਸ ਕਰ ਲਿਆ, ਜੱਲੋ ਮੋੜ ਦੇ ਰਸਤੇ ਅਸੀਂ ਆ ਰਹੇ ਹਾਂ, ਔਰ ਇਸ ਟਾਈਮ ਅਸੀਂ ਮਨਾਵਾ ਦੇ ਨੇੜੇ ਆ, ਬਿਲਕੁਲ ਨੇੜੇ ਮਨਾਵਾ ਦੇ। ਅਸ਼ੋਕ ਜਾ ਵੀਰ ਜੀ, ਮੇਰਾ ਨਾਂ ਚਰਨਜੀਤ ਸਿੰਘ ਹੈ। ਜਤਿੰਦਰ ਸਿੰਘ ਮਹਿਰਾ ਜੀ, ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਸਿੰਘ ਜੀ, ਧੰਨਵਾਦ ਜੀ, ਧੰਨਵਾਦ। ਹਾਂਜੀ, ਲੰਗਰ ਚਕਾਉਣਾ ਸੰਗਤਾਂ ਨੂੰ, ਸਾਡੀ ਵੀ ਖੁਆਇਸ਼ ਸੀ ਕਿ ਲੰਗਰ ਇੱਥੇ ਵੀ ਭੇਜ ਦਿਓ, ਪਰ ਨਹੀਂ, ਪੋਸੀਬਲ ਨਹੀਂ ਹੈ ਇਹ ਚੀਜ਼ਾਂ। ਵਾਹਿਗੁਰੂ ਕਿਰਪਾ ਕਰੇ, ਅਸੀਂ ਵਾਪਸੀ 'ਤੇ ਜਾ ਕੇ ਡੇਰਾ ਸਾਹਿਬ ਲੰਗਰ ਛਕਾਂਗੇ, ਜਾਂ ਜਨਮ ਅਸਥਾਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ 'ਤੇ ਲੰਗਰ ਛਕਾਂਗੇ। ਸੁਰਿੰਦਰ ਬਟਰਾ ਜੀ ਜੀ ਆਇਆਂ ਨੂੰ, ਬਿਲਕੁਲ ਵੀਰ ਜੀ ਜੀ ਆਇਆਂ ਨੂੰ, ਵੀਰ ਜੀ ਜੀ ਆਇਆਂ ਨੂੰ। ਸਿੰਘ ਨਵਦੀਪ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜੀ ਨਾਲ ਰੂਟ ਸਾਂਝੀ ਕਰੇਗੀ। ਹਰਪਾਲ ਮਿਲਕ ਸੁੱਕੀ, ਹਾਂਜੀ ਵੀਰ ਜੀ, ਪਾਕਿਸਤਾਨ ਗੌਰਮੈਂਟ ਦਾ ਬੜਾ ਹੀ ਸਹਿਯੋਗ ਰਿਹਾ ਪੂਰੇ ਰਸਤੇ, ਤਕਰੀਬਨ 25-26 ਗੱਡੀਆਂ ਸਿਕਿਉਰਟੀ ਏਜੰਸੀਜ਼ ਦੀਆਂ, ਉਹਨਾਂ ਨੇ ਫੁੱਲ ਪ੍ਰੋਟੋਕੋਲ ਦਿੱਤਾ, ਰੋਡ ਬੰਦ ਕੀਤੇ ਗਏ ਆ ਸਾਰੇ ਆ। ਕਿਰਪਾ ਕਰਕੇ ਸ਼ੇਅਰ ਕਰ ਦਿਓ ਵੀਰ ਜੀ, ਕਿਰਪਾ ਕਰਕੇ ਸ਼ੇਅਰ ਕਰ ਦਿਓ ਆਪ ਜੀ। ਇਤਿਹਾਸਿਕ ਨਗਰ ਕੀਰਤਨ ਆ, ਬਾਰਿਸ਼ ਬਹੁਤ ਖੂਬ ਹੋਈ ਹੈ ਬਾਰਿਸ਼ ਵੀਰ ਜੀ, ਦੇਖੋ ਸੜਕ 'ਤੇ, ਸੜਕਾਂ 'ਤੇ ਪਾਣੀ ਜਮ੍ਹਾਂ ਹੋਇਆ ਆ। ਇਕਬਾਲ ਸਿੰਘ ਜੀ, ਨਹੀਂ ਰਾਤ 'ਤੇ ਨਹੀਂ ਕੀਤਾ ਵੀਰ ਜੀ ਹੈ। ਗਿਆਨੀ ਨਿਰਮਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਲਹਿੰਦੀਪ ਪੰਜਾਬ ਦੀ ਸੰਗਤ ਮੁੜ ਆਵੇਗੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਚਾਰ ਨਹੀਂ ਸਿੱਖੀ ਦਾ ਨਗਰ ਕੀਰਤਨ ਦਾ, ਉਹਨਾਂ ਨੂੰ ਚਾਹੀਦਾ ਸੀ ਕਿ ਕੁਛ ਵੀਜ਼ੇ ਪਾਕਿਸਤਾਨ ਦੀ ਸੰਗਤਾਂ ਨੂੰ ਵੀ ਦੇਣੇ ਸੀ, ਅਤੇ ਨਾਲ ਹੀ ਉਹ ਫਿਰ ਜਾਂਦੀ ਪਾਕਿਸਤਾਨ ਦੀ ਸੰਗਤ ਵੀ, ਪਰ ਇੰਝ ਹੋਇਆ ਨਹੀਂ। ਹਾਂਜੀ ਜੁਨੇਜਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰ ਮੋਹਰ ਲੀਡਰਸ਼ਿਪ ਹੈਗੀ ਹੈ, ਉਹ ਵੱਖਰੀ ਗੱਲ ਹੈ ਕਿ ਕੁਛ ਲੋਕ ਉਨੇ ਵੀ ਹੋ ਜਾਂਦੇ ਆ, ਪਰ ਜਿਹੜਾ ਅੱਛਾ ਕੰਮ ਕਰਦੇ ਆ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ, ਸਾਨੂੰ ਬਿਲਕੁਲ ਇਹਨੂੰ ਸਪੋਰਟ ਕਰਨਾ ਚਾਹੀਦਾ, ਅਤੇ ਮਾੜੇ ਕੰਮ ਅਗੇਂਸਟ ਸਟੈਂਡ ਵੀ ਲੈਣਾ ਚਾਹੀਦਾ। ਵਾਹਿਗੁਰੂ ਕਿਰਪਾ ਕਰੇ ਆਪ ਜੀ 'ਤੇ। ਗੁਰਸਾਹਿਬ ਸਿੰਘ ਜੀ, ਬਸ ਅਸੀਂ ਪਹੁੰਚ ਰਹੇ ਹਾਂ, 15 ਮਿੰਟ ਤੱਕ ਵਾਹਗਾ ਬਾਰਡਰ ਪਹੁੰਚ ਰਹੇ ਹਾਂ ਵੀਰ ਜੀ। ਸੰਗਤ ਬਹੁਤ ਜ਼ਿਆਦਾ ਹੈ, ਕਾਫਲਾ ਬਹੁਤ ਵੱਡਾ, ਅਤੇ ਨਾਲੇ ਨਾਲੇ ਬਾਰਿਸ਼ ਵੀ ਕਾਫੀ ਹੋਈ ਹੈ ਲਾਹੌਰ ਵਿਖੇ, ਨਨਕਾਣਾ ਸਾਹਿਬ ਤੋਂ ਨਿਕਲਦੇ ਆ ਬਾਰਿਸ਼ ਸ਼ੁਰੂ ਹੋ ਗਈ ਸੀ, ਹਾਲੇ ਤੱਕ ਬਾਰਿਸ਼ ਰੁਕ ਗਈ ਹੈ, ਪਰ ਪਾਣੀ ਬਹੁਤਾ ਜਮ੍ਹਾਂ ਸੜਕ 'ਤੇ। ਹਰਪਾਲ ਮਿਲਕ ਵੀਰ ਜੀ, ਨਹੀਂ ਅਸੀਂ ਨਹੀਂ ਆ ਪਾਵਾਂਗੇ ਅੰਮ੍ਰਿਤਸਰ, ਕਿਉਂਕਿ ਸਾਡੇ ਕੋਲ ਵੀਜ਼ਾ ਨਹੀਂ ਹੈ, ਬਸ ਇੰਨੀ ਕੁ ਸੇਵਾ ਕਰ ਲਈਏ ਆਪ ਜੀ। ਅਰਦਾਸਾਂ ਵਿੱਚ ਯਾਦ ਰੱਖਿਓ ਦਾਸ ਨੂੰ, ਪਿਸ਼ਾਵਰੀ ਸਿੰਘ ਸੇਵਾ ਸੁਸਾਇਟੀ ਸਾਰੇ ਮੈਂਬਰਾਂ ਨੂੰ, ਕਿਉਂਕਿ ਸਾਰੀ ਸਾਲਾ ਸਾਲ ਸੇਵਾ ਕਰਦੇ ਆ। ਇਸ ਤੋਂ ਇਲਾਵਾ ਵੀ
ਬੱਚੇ ਪੜ੍ਹਾ ਰਹੇ ਆ, ਲੋੜਵੰਦਾਂ ਦੀ ਮਦਦ ਕਰ ਰਹੇ ਆ, ਓਪਰੇਸ਼ਨ ਵਗੈਰਾ ਕਰਵਾ ਰਹੇ ਆ, ਬੱਚਿਆਂ ਦੇ ਵਿਆਹ ਦਾ ਵੀ ਪ੍ਰਬੰਧ ਕਰਦੇ ਆ ਪਿਸ਼ੌਰੀ ਸਿੰਘ ਸੇਵਾ ਸੁਸਾਇਟੀ। ਰਸ਼ਪਾਲ ਸਿੰਘ ਜੀ ਬਿਲਕੁਲ ਅਰਦਾਸ ਚ ਯਾਦ ਰੱਖੀ ਹੋਈ ਜੀ। ਗੁਲਾਟੀ ਜੀ ਬਿਲਕੁਲ ਵੀਰ ਜੀ, ਆਪਣੀ ਸੰਗਤ ਦਾ ਸਵਾਗਤ ਕਰੋ, ਬੜੇ ਉਤਸ਼ਾਹ ਨਾਲ ਆ ਰਹੇ ਆ ਸਾਰੇ ਆਪ ਜੀ ਪਾਸੇ, ਬਹੁਤ ਹੀ ਨੇੜੇ ਆਖਰੀ ਮੂਮੈਂਟ ਨੇ ਨਗਰ ਕੀਰਤਨ ਦੇ, ਕਿਰਪਾ ਕਰਕੇ ਆਪ ਜੀ ਸ਼ੇਅਰ ਵੀ ਕਰੋ। ਹਾਂਜੀ ਜਸਕੌਰ ਜੀ, ਇਹ ਦੇਖੋ ਪਾਕਿਸਤਾਨ ਨੇ ਮਨਾਵਾ ਹੈ, ਪਾਕਿਸਤਾਨ ਦੇ ਰੋਡ ਨੇ ਮਨਾਵਾ, ਇਹ ਅਸੀਂ ਜਾ ਰਹੇ ਹਾਂ। ਇਹ ਬਾਟਾਪੁਰ ਆ ਗਿਆ, ਬਾਟਾਪੁਰ ਵਰਲਡ ਫੇਮਸ ਬ੍ਰਾਂਡ ਹੈ ਪਾਕਿਸਤਾਨ ਦੀ, ਬਾਟਾਪੁਰ, ਬਾਟਾਪੁਰ ਦੀ ਫੈਕਟਰੀ ਲੱਗੀ ਹੈ ਦੂਜੀ ਪਾਸੇ, ਤਾਂ ਬਾਟਾ ਫੈਕਟਰੀ ਹੋ ਗਈ ਟੋਟਲ ਅਜੇ ਬਾਟਾਪੁਰ। ਹਾਂਜੀ ਸੁਰਿੰਦਰ ਬੱਤਰਾ ਜੀ, ਦੇਖ ਦੇਖ ਫਤਿਹ ਪੰਥੀ ਜੀਤ ਰਾਜ ਕਰੇਗਾ ਖਾਲਸਾ, ਬਿਲਕੁਲ ਵੀਰ ਜੀ। ਹਾਂਜੀ ਵੀਰ ਜੀ, ਫਰਕ ਨਹੀਂ ਹੈ, ਬਸ ਪੰਜਾਬ ਦੇ ਦੋ ਹਿੱਸੇ ਹੋਏ ਆ, ਫਰਕ ਕਿਹੜਾ ਵੀਰ ਜੀ, ਫਰਕ ਤਾਂ ਹੈ ਹੀ ਨਹੀਂ ਕੋਈ। ਇਹ ਵੇਖੋ ਵੀਰ ਜੀ ਕਾਫਲਾ ਆਪਣੀ ਮੰਜ਼ਿਲ ਤਰਫ ਰਵਾਂ ਦਵਾਂ ਵਾ। ਹਾਂ ਜੀ ਜੋਤੀ ਚਾਵਲਾ ਜੀ, ਬਿਲਕੁਲ ਬਿਲਕੁਲ ਭੈਣ ਜੀ, ਇਹ ਮਿਸ ਹੀ ਕਰਦੇ ਆ ਸਾਰੇ। ਹਮ ਲੋਕਲ ਹੈ, ਹਾਂ ਜ਼ਿਆਦਾ ਇੰਡੀਅਨ ਹੈ। ਹਾਂਜੀ 550 ਸਾਲ ਬਾਬਾ ਨਾਨਕ ਦਾ ਜਨਮ ਦਿਨ ਆ ਰਿਹਾ, ਅਤੇ ਇਹ ਲੋਕ ਜਾ ਰਹੇ ਹੈ। ਇਹ ਦੇਖੋ ਸੰਗਤ ਬੜੀ ਪਿਆਰ ਨਾਲ ਪੁੱਛ ਰਹੀ ਹੈ, ਇੰਡੀਅਨ ਸੰਗਤਾਂ ਨੂੰ ਬੜਾ ਪਿਆਰ ਕਰਦੀ ਹੈ। ਅਸੀਂ ਹੁਣ ਪਹੁੰਚ ਗਏ ਹਾਂ ਚਲੋ ਮੋੜ, ਚਲੋ ਮੋੜ ਪਹੁੰਚ ਗਏ ਹਾਂ, ਚਲੋ ਮੋੜ ਪਹੁੰਚ ਗਏ ਅਸੀਂ। ਇਹ ਚਲੋ ਮੋੜ ਹੈ ਤਾਂ ਨੇੜੀ ਹੈ, ਤਕਰੀਬਨ 10 ਮਿੰਟ ਦਾ ਰਸਤਾ ਵਾ ਬਾਰਡਰ ਦਾ। ਸਿਕਿਉਰਟੀ ਏਜੰਸੀ ਸਾਰੇ ਅਲਰਟ ਕਰੇ ਆ, ਬੜਾ ਹੀ ਪਿਆਰ ਦਿੱਤਾ ਇਹਨਾਂ ਨੇ ਸਾਨੂੰ, ਬੜਾ ਹੀ ਪਿਆਰ ਸਤਿਕਾਰ ਦਿੱਤਾ ਇਹਨਾਂ ਨੇ। ਦੇਖੋ ਹਰ 100 ਮੀਟਰ ਦੇ ਲੈਂਥ ਦੇ ਸਿਕਿਉਰਟੀ ਏਜੰਸੀ ਜਿਹੜੀ ਆ, ਇਹ ਦੇਖੋ ਸਾਰੇ ਰੋਡ ਕਿਵੇਂ ਪ੍ਰੋਟੋਕੋਲ ਦੇ ਰਹੀ ਹੈ ਗੌਰਮੈਂਟ ਆਫ ਪਾਕਿਸਤਾਨ। ਪਰਮੀਤ ਸਿੰਘ ਚਾਵਲਾ ਜੀ ਬਿਲਕੁਲ ਜੀ, ਆਪਣੇ ਸੰਗਤ ਦਾ ਸਵਾਗਤ ਕਰੋ, ਨਗਰ ਕੀਰਤਨ ਦਾ ਸਵਾਗਤ ਕਰੋ, ਤਾਰੀਖੀ ਨਗਰ ਕੀਰਤਨ ਹੈ, ਕਿਰਪਾ ਕਰਕੇ ਸ਼ੇਅਰ ਕਰ ਦਿਓ, ਬਸ ਪਹੁੰਚਣ ਹੀ ਵਾਲੇ ਹਾਂ। ਇਸ ਤੋਂ ਬਾਅਦ ਪਤਾ ਨਹੀਂ ਫਿਰ ਕਦੋਂ ਅਸੀਂ ਲਾਇਓ ਹੋਵਾਂਗੇ ਵੀ ਜਾਂ ਨਹੀਂ, ਇਹ ਮੌਕੇ ਵਾਰ ਵਾਰ ਨਹੀਂ ਲੱਭਦੇ ਸਾਨੂੰ। ਜੀਤ ਸਿੰਘ ਜੀ ਨਹੀਂ, ਪਾਕਿਸਤਾਨ ਤੋਂ ਸੰਗਤ ਨਹੀਂ ਆ ਰਹੀ ਹੈ, ਮੈਂ ਕਹਿ ਚੁੱਕਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਦਾ ਪ੍ਰਚਾਰ ਨਹੀਂ ਸੀ ਕੀਤਾ, ਉਹਨਾਂ ਨੂੰ ਸਗੋਂ ਚਾਹੀਦਾ ਸੀ ਕਿ ਕੁਛ ਪਾਕਿਸਤਾਨੀ ਸੰਗਤਾਂ ਨੂੰ ਵੀ ਇਨਵੀਟੇਸ਼ਨ ਭੇਜਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ, ਪਰ ਨਹੀਂ ਹੋਈ ਇਹ ਕੋਸ਼ਿਸ਼। ਪਰ ਪਾਕਿਸਤਾਨੀ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਅੱਜ ਟੋਟਲ ਜਿਹੜੇ ਨਨਕਾਣਾ ਸਾਹਿਬ ਦੇ ਵਾਸਨਿਕ ਨੇ, ਪਿਸ਼ਾਵਰ ਤੋਂ ਸੰਗਤ ਆਈ ਹੈ, ਕੋਈ 600 ਕਿਲੋਮੀਟਰ ਦੂਰ ਹੈ ਲਾਹੌਰ ਤੋਂ, ਸਿੰਧ ਤੋਂ ਸੰਗਤ ਆਈ ਹੋਈ ਹੈ, ਕੋਈ 1918 ਕਿਲੋਮੀਟਰ ਦੂਰ ਹੈ ਕਰਾਚੀ ਤੋਂ ਸੰਗਤ ਆਈ ਹੋਈ ਹੈ, ਕੋਈ 2400 ਕਿਲੋਮੀਟਰ ਦੂਰ ਆ। ਇਹ ਦੇਖੋ ਪਾਣੀ ਬਹੁਤਾ ਜੰਮਿਆ, ਸਾਰਾ ਪਾਣੀ ਰੁਕਿਆ ਹੋਇਆ ਸੜਕ 'ਤੇ, ਬਾਰਿਸ਼ ਲਗਾਤਾਰ 15 ਦਿਨ ਤੋਂ ਬਾਰਿਸ਼ ਹੋ ਰਹੀ ਹੈ ਲਾਹੌਰ ਸ਼ਹਿਰ ਅਤੇ ਪੰਜਾਬ ਵਿੱਚ। ਇਹ ਆਪਣਾ ਹੀ ਪੰਜਾਬ ਆ ਸਾਰਾ ਵਿਛੜਿਆ ਹੋਇਆ, ਅਤੇ ਦੇਖੋ ਕਿਵੇਂ ਪ੍ਰੋਟੋਕੋਲ ਦੇ ਰਹੇ ਆ ਸਾਨੂੰ, ਟ੍ਰੈਫਿਕ ਪੁਲਿਸ ਹੋਵੇ ਭਾਵੇਂ ਮੋਟਰ ਪੁਲਿਸ, ਮੁਖਤਲਿਫ ਏਜੰਸੀ ਸਾਨੂੰ ਪ੍ਰੋਟੋਕੋਲ ਦੇ ਰਹੇ ਆ, ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਗੌਰਮੈਂਟ ਆਫ ਪਾਕਿਸਤਾਨ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਜ਼ਾਦੀ ਕਿਤੇ ਆ ਨਿਰਮਲਜੀਤ ਸਿੰਘ ਜੀ, ਬਟਵਾਰਾ ਪਾਕਿਸਤਾਨ ਅਤੇ ਉਹ ਦਿੱਲੀ ਅਤੇ ਇਸਲਾਮਾਬਾਦ ਦਾ ਨਹੀਂ ਹੋਇਆ, ਬਟਵਾਰਾ ਸਾਡੇ ਪੰਜਾਬ ਦਾ ਹੋਇਆ ਵਾ। ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਮਨੋਹਰ ਨਗਰ ਦੇ ਸੰਗਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਾਈ ਗਈ ਹੈ ਸਾਰੀਆਂ ਸੰਗਤਾਂ ਨੂੰ। ਬਿਲਕੁਲ ਵੀਰ ਜੀ, ਧੰਨਵਾਦ ਆਪ ਜੀ ਦਾ। ਸਾਡੇ ਤੋਂ ਬਹੁਤ ਦੂਰ ਬੈਠੇ ਹੋ, ਆਪ ਜੀ ਦਰਸ਼ਨ ਕਰ ਸਕਦੇ ਹੋ। ਇਤਿਹਾਸਿਕ ਨਗਰ ਕੀਰਤਨ ਸੰਗਤ ਬੜੀ ਉਤਸ਼ਾਹ ਨਾਲ ਜਾ ਰਹੀ ਹੈ। ਅਸੀਂ ਤਕਰੀਬਨ 6-7 ਮਿੰਟ 'ਚ ਪਹੁੰਚਣ ਵਾਲੇ ਹਾਂ ਵਾਹਗਾ ਬਾਰਡਰ। ਸੰਗਤ ਵੀਰ ਜੀ, ਰਾਕੇਸ਼ ਤਕਵਾਨੀ ਜੀ, ਸੰਗਤ ਜਾ ਰਹੀ ਹੈ ਵੀਰ ਜੀ, ਹੁਣ ਗੱਡੀ ਰੁਕ ਨਹੀਂ ਸਕਦੀ, ਤੁਸੀਂ ਚਲਦੇ ਚਲਦੇ ਹੀ ਸੰਗਤਾਂ ਦੇ ਦਰਸ਼ਨ ਕਰ ਲਓ। ਪਿੱਛੋਂ ਵੀ ਗੱਡੀਆਂ ਆ ਰਹੀਆਂ ਨੇ, ਦੇਖੋ ਆ ਰਹੀਆਂ। ਸਤਿ ਸ਼੍ਰੀ ਅਕਾਲ। ਬੜੇ ਪਿਆਰ ਉਤਸ਼ਾਹ ਨਾਲ ਇਹ ਵੀਰ ਜੀ ਮਨਿੰਦਰ ਸਿੰਘ ਮਕਾਣਾ ਸਾਹਿਬ ਮੁਸਲਸਲ ਆ ਰਹੇ ਆ, ਸੇਵਾ ਕਰ ਰਹੇ ਆ, ਫੁੱਲਾਂ ਦੀ ਵਰਤੋਂ ਕਰ ਰਹੇ ਆ। ਹਾਂਜੀ ਪਰਮਜੀਤ ਜੀ, ਰੇਨ ਬਹੁਤੀ ਹੋਈ ਹੈ, 15 ਦਿਨ ਤੋਂ ਲਗਾਤਾਰ ਰੇਨ ਹੋ ਰਹੀ ਹੈ। ਮਨਜੀਤ ਸਿੰਘ ਜੀ, ਬਿਲਕੁਲ ਅਸੀਂ ਹੁਣ 5 ਕੁ ਮਿੰਟ 'ਚ ਪਹੁੰਚ ਜਾਵਾਂਗੇ ਵਾਹਗਾ ਬਾਰਡਰ, ਇੰਨੀ ਦੂਰ ਨਹੀਂ ਹੈ, ਕਾਨੂੰਨੀ ਤਕਾਜ਼ੇ ਪੂਰੇ ਕਰਨੇ ਪੈਣੇ ਆ ਬਾਰਡਰ 'ਤੇ। ਕਿਰਪਾ ਕਰਕੇ ਮੈਂ ਬਾਰ ਬਾਰ ਆਪ ਜੀ ਨੂੰ ਬੇਨਤੀ ਕਰ ਰਿਹਾ, ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ, ਅਤੇ ਲਾਈਕ ਵੀ ਜ਼ਰੂਰ ਕਰਿਓ, ਕਿਉਂਕਿ ਤੁਹਾਡੇ ਲਾਈਕ ਨਾਲ ਸਾਡੇ ਹੌਸਲੇ ਹੋਰ ਵੀ ਬੁਲੰਦ ਹੁੰਦੇ ਨੇ, ਸਾਡਾ ਹੋਰ ਵੀ ਦਿਲ ਕਰਦਾ ਵਾ ਕਿ ਆਪ ਜੀ ਨੂੰ ਜਿਹੜੇ ਇੱਥੇ ਚੱਲ ਰਹੇ ਸਮਾਗਮਾਂ ਬਾਰੇ ਸਾਰਾ ਕੁਝ ਜਾਣਕਾਰੀ ਦੇਈਏ। ਪਰਮਜੀਤ ਸਿੰਘ ਚਾਵਲਾ ਜੀ, ਬਿਲਕੁਲ ਅਸੀਂ ਤਾਂ ਨਹੀਂ ਆ ਰਹੇ, ਬਹਰਹਾਲ ਆਪ ਜੀ ਸੰਗਤ ਦਾ ਸਵਾਗਤ ਕਰੋ। ਜੁਨੇਜਾ, ਉਪਿੰਦਰ, ਸੁਖਜੋਤ ਵੀਰ ਜੀ, ਪਾਲਕੀ ਸਾਹਿਬ ਅੱਗੇ, ਪਾਲਕੀ ਸਾਹਿਬ ਦੀ ਗੱਡੀ ਅੱਗੇ ਚਲੀ ਗਈ ਹੈ। ਜਸ ਕੌਰ ਜੀ, ਧੰਨਵਾਦ ਆਪ ਜੀ ਦਾ, ਆਪਣੇ ਲਾਈਕ ਕੀਤਾ, ਆਪਣੇ ਸ਼ੇਅਰ ਕੀਤਾ, ਆਪਣੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਆਪ ਜੀ ਨੇ। ਨਹੀਂ ਬਿਖਰ ਗੌਰ ਨੇ, ਨਹੀਂ ਕੋਈ ਵੀ ਗੱਡੀ ਪਾ ਇੰਡੀਆ ਨਹੀਂ ਆਊਗੀ, ਕੋਈ ਵੀ ਗੱਡੀ ਨਹੀਂ ਆਊਗੀ, ਗੱਡੀਆਂ ਵਾਹਗਾ ਬਾਰਡਰ ਤੱਕ ਨੇ ਬਸ। ਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਜੀਤ ਗਿੱਲ, ਦਿਲਵਾਨ, ਨਹੀਂ ਵੀਰ ਜੀ ਪਤਾ ਨਹੀਂ, ਉੱਥੇ ਇੰਡੀਆ ਦਾ ਸ਼ਡਿਊਲ ਆਪ ਜੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝ ਕਰੀ ਗਈ, ਆਪ ਜਿੰਨਾ ਜਿਹਦਾ ਦਾ ਸ਼ਡਿਊਲ ਹੈ ਉਹ ਹੀ ਸਾਂਝ ਕਰੀ ਗਈ, ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਰੈਸਕਿਊ ਸਰਵਿਸ, ਐਂਬੂਲੈਂਸ ਸਰਵਿਸ, ਟ੍ਰੈਫਿਕ ਪੁਲਿਸ, ਮੋਟਰਵੇ ਪੁਲਿਸ, ਐਲਿਟ ਫੋਰਸ, ਕਮਾਂਡੋ ਫੋਰਸ, ਲੋਕਲ ਪੁਲਿਸ, ਸਾਰੀ ਪ੍ਰੋਟੋਕੋਲ ਦੇ ਰਹੇ ਆ, ਹਰ 100 ਮੀਟਰ ਦੇ ਦਾਇਰੇ 'ਤੇ ਪੁਲਿਸ ਵਾਲਾ ਡਿਊਟੀ ਕਰ ਰਿਹਾ ਸਾਡੇ ਵੀਰ, ਜਿਹੜੇ ਇਹਨਾਂ ਦਾ ਵੀ ਧੰਨਵਾਦ ਬਣਦਾ ਵਾ।
ਚਰਨਾਂ ਵਿੱਚ। ਪਹਿਲੋਂ ਨਹੀਂ ਜੀ, ਅਸੀਂ ਹਿੰਦੂ ਨਹੀਂ ਹੋ ਸਕਦੇ ਹਾਂ, ਸਾਨੂੰ ਵੀਜ਼ਾ ਨਹੀਂ। ਹੈਲੋ, ਇਸ਼ੂ ਹੋਇਆ ਗੁਰਵਿੰਦਰ ਸਿੰਘ ਜੀ, ਨਹੀਂ ਜੀ ਅਸੀਂ ਨਾਲ ਨਹੀਂ ਆ ਸਕਦੇ, ਸਾਨੂੰ ਜਾਣਕਾਰੀ ਨਹੀਂ ਸੀ, ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਇਨਵਾਈਟ ਕੀਤਾ ਸੀ ਇੰਡੀਆ ਹਾਊਸ ਤੋਂ। ਚਾਹੀਦਾ ਸੀ ਕਿ ਉਹ ਕੁਛ ਨਾ ਕੁਛ ਸੰਗਤਾਂ ਨੂੰ ਇਨਵਾਈਟ ਕਰਦੇ ਆ। ਹਰਜੀਤ ਸਿੰਘ ਜੀ, ਹਾਂਜੀ ਮੈਂ ਪਾਕਿਸਤਾਨ ਨਹੀਂ ਜਾ ਰਿਹਾ, ਪਾਕਿਸਤਾਨ ਰਹਿ ਰਿਹਾ, ਜਾਣਦੇ ਜਾਣਦੇ ਕੋਈ। ਬਾਰਿਸ਼ ਬੜੀ ਹੋਈ ਹੈ, ਮੱਝਾਂ ਵੀ ਡਰਦੀਆਂ ਨੇ, ਉੱਧਰ ਉੱਧਰ ਗੁਜ਼ਾਰ ਰਹੀਆਂ ਨੇ। ਰੰਗਲਾ ਪੰਜਾਬ ਹੈ ਸਾਡਾ, ਬਾਰਡਰ ਏਰੀਆ ਹੈ ਸਾਰਾ। ਨਿਸ਼ਕਾਮ ਖਾਲਸਾ ਸੇਵਾ ਸੁਸਾਇਟੀ, ਨਹੀਂ ਵੀਰ ਜੀ, ਚਾਂਦੀ ਦੀ ਪਾਲਕੀ ਵਾਪਸ ਆਏਗੀ ਨਨਕਾਣਾ ਸਾਹਿਬ। ਇਤਿਹਾਸਿਕ ਪਾਲਕੀ ਹੈ, ਮਹਾਰਾਜਾ ਰਣਜੀਤ ਸਿੰਘ ਨੇ 180 ਸਾਲ ਕਬਲ, ਤਕਰੀਬਨ 180 ਸਾਲ ਕਬਲ ਲਈ ਸੀ। ਇੰਦਰ ਕੌਰ ਜੀ, ਵਾਹਗਾ ਬਾਰਡਰ, ਸਮਝੋ ਅਸੀਂ ਵਾਹਗਾ ਬਾਰਡਰ ਦੇ ਵਿੱਚ ਹੀ ਹਾਂ, ਅਤੇ ਬਸ ਦੋ ਚਾਰ ਮਿੰਟ ਕਾਫਲਾ ਬਹੁਤ ਜ਼ਿਆਦਾ ਵਾ, ਅਤੇ ਗੱਡੀਆਂ ਸਾਡੀਆਂ ਇੱਥੇ ਬਹੁਤ ਜ਼ਿਆਦਾ ਆਈਆਂ ਨੇ ਸੰਗਤਾਂ ਦੀਆਂ, ਤਾਂ ਹੀ ਟਾਈਮ ਲੱਗ ਰਿਹਾ। ਵੀਰਿਆ ਵਤ ਕਿਉਂ ਪੀਣੀ ਕਰ ਕੈਮਰਾ ਮੇਰੀ ਤਰਫ ਕਰ ਰਹਾ, ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੇ ਸਾਧ ਸੰਗਤ ਜੀ। ਤੁਸੀਂ ਵੇਖ ਸਕਦੇ ਹੋ, ਆਈ ਐਮ ਰਘਬੀਰ ਸਿੰਘ, ਸਿੰਘ ਤੂਫਾਨੀ ਫਰੋਮ ਪਾਕਿਸਤਾਨ ਪਿਸ਼ਾਵਰ, ਸਾਧ ਸੰਗਤ ਜੀ। ਅਸੀਂ ਪਹੁੰਚਣ ਵਾਲੇ ਹਾਂ, ਤਕਰੀਬਨ ਇੱਕ ਦੋ ਤਿੰਨ ਮਿੰਟ ਦਾ ਰਸਤਾ ਰਹਿ ਗਿਆ, ਬਲਕਿ ਅਸੀਂ ਪਹੁੰਚ ਗਿਆ ਵਾਹਗਾ ਬਾਰਡਰ 'ਤੇ। ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਹੁਣ ਇੱਥੇ, ਜਿਹੜਾ ਇਹ ਜਿਹੜਾ ਜੱਥਾ ਹੈ ਹੁਣ ਪਹੁੰਚ ਜਾਏਗਾ ਤਕਰੀਬਨ ਇੱਥੋਂ ਲੱਗ ਕੇ ਅੰਮ੍ਰਿਤਸਰ, ਅੰਮ੍ਰਿਤਸਰ ਪਹੁੰਚ ਜਾਣਾ ਸਾਧ ਸੰਗਤ ਜੀ, ਤੁਸੀਂ ਦਰਸ਼ਨ ਕਰ ਸਕਦੇ ਹੋ। ਅਤੇ ਸਾਧ ਸੰਗਤ ਜੀ, ਅਸੀਸਾ ਬਖਸ਼ੋ ਤੀ ਇੰਡੀਆ, ਜਿੰਨੇ ਗੁਰਸਿੱਖ ਰਹਿ ਰਹੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਵਾਹਗਾ ਬਾਰਡਰ 'ਤੇ ਪਹੁੰਚੋ ਅਤੇ ਇਹਨਾਂ ਸੰਗਤਾਂ ਦੀ ਸਵਾਗਤ ਕਰੋ, ਅਤੇ ਸਾਧ ਸੰਗਤ ਜੀ ਦੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰੋ, ਤਾਂ ਕਿ ਇਹ ਜਿਹੜਾ ਤਾਰੀਖੀ ਨਗਰ ਕੀਰਤਨ ਹੈ ਉਹ ਵੀ ਸੋਹਣਾ ਬਣੇ, ਉਹ ਵੀ ਪਿਆਰਾ ਬਣੇ। ਤਿਰੰਗਾ ਵੀ ਨਜ਼ਰ ਆ ਰਿਹਾ ਦੂਰੋਂ ਹੀ, ਹਾਂਜੀ ਜੀ ਆਇਆਂ ਨੂੰ। ਹਾਂਜੀ ਹਰਬੀਰ ਸਿੰਘ ਜੀ, ਆਪ ਮੈਨੂੰ ਸ਼ਡਿਊਲ ਦਾ ਨਹੀਂ ਪਤਾ, ਪਰ ਉਮੀਦ ਕਰਦੇ ਹਾਂ ਕਿ ਆਪ ਜੀ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਹੇ ਹੋਗੇ, ਅਤੇ ਕਿਰਪਾ ਕਰਕੇ ਇਹਨਾਂ ਦੇ ਸਵਾਗਤ ਵੀ ਬੜੇ ਉਤਸ਼ਾਹ ਨਾਲ ਕਰਨਾ, ਕਿਉਂਕਿ ਇਤਿਹਾਸਿਕ ਨਗਰ ਕੀਰਤਨ ਹੈ ਜੀ ਇਹ। ਵਾਹਗਾ ਬਾਰਡਰ ਅਸੀਂ ਪਹੁੰਚ ਰਹੇ ਹਾਂ, ਜ਼ੋਂਗ ਹੈ, ਨਹੀਂ ਉਹ ਤਾਂ ਸ਼ੇਰ ਰੁਕ ਜਾਤਾ ਹੈ ਗਾਂਧੀ, ਨਹੀਂ ਉਹ ਤਾਂ ਹੋਟਸਪੋਟ ਆਨ ਕੀਆ, ਮੇਰਾ ਚਾਰਜ ਖਤਮ ਹੋ ਜਾਏਗਾ।
ਗਹਿਰੀ ਖਾਨਪੁਰੀਆ ਨਹੀਂ ਜੀ ਨਹੀਂ ਆ ਸਕਦੇ ਬਾਬਾ ਜੀ। ਕਮਾਲ ਸੰਨਾ ਜੀ, ਉਮੀਦ ਹੈ ਸਿਕਿਉਰਟੀ ਕਲੀਅਰੈਂਸ ਦੇ ਟਾਈਮ ਨਹੀਂ ਲੱਗੇਗਾ, ਪਰ ਜਿਹੜੇ ਪਾਸਪੋਰਟਸ ਦੇ ਕਾਨੂੰਨੀ ਕਾਰਵਾਈ ਉਹ ਕਰਨੀ ਪਏਗੀ, ਕਿਉਂਕਿ ਗੌਰਮੈਂਟ ਆਫ ਪਾਕਿਸਤਾਨ ਫੁੱਲ ਸਪੋਰਟ ਦੇ ਰਹੀ ਹੈ, ਇੱਥੇ ਕੋਈ ਰੋਕ ਟੋਕ ਨਹੀਂ ਹੈ। ਬਾਬਾ ਜੀ ਕੁਝ ਕਮਾਲ ਇਕਬਾਲ ਕੀ ਦਰਸ਼ਨ ਨਾ ਨਾ ਮਾਂ ਕੁਝ ਬਾਬਾ। ਹਾਂਜੀ ਵੀਰ ਜੀ, ਦਰਸ਼ਨ ਕਰ ਲਓ। ਇਤਿਹਾਸਿਕ ਨਗਰ ਕੀਰਤਨ ਦੇ ਪਾਲਕੀ ਸਾਹਿਬ ਵੀ ਇਤਿਹਾਸਿਕ, ਇਹ ਉਹੀ ਪਾਲਕੀ ਸਾਹਿਬ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਦੌਰ ਦੇ ਵਿੱਚ ਪੇਂਟ ਕੀਤੀ ਸੀ। ਚਾਂਦੀ ਦੀ ਪਾਲਕੀ ਆ, ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਬਿਸ਼ਨ ਸਿੰਘ ਖੁਦ ਡਰਾਈਵ ਕਰਕੇ ਗੱਡੀ, ਪਾਲਕੀ ਸਾਹਿਬ ਦੀ ਗੱਡੀ ਵਾਹਗਾ ਬਾਰਡਰ ਤੱਕ ਪਹੁੰਚਾਈ ਹੈ ਉਹਨਾਂ ਨੇ ਆਪ ਹੀ। ਇਹ ਵੀਰ ਜੀ ਮਹਿੰਦਰ ਸਿੰਘ ਬੜੀ ਸੇਵਾ ਕੀਤੀ ਇਹਨਾਂ ਨੇ, ਕਾਫੀ ਟਾਈਮ ਤੋਂ ਇਹ ਆ ਰਹੇ ਆ ਸੰਗਤਾਂ ਦੇ ਨਾਲ ਨਾਲ। ਇਹ ਵੀਰ ਜੀ ਵੇਖ ਸਕਦੇ ਹੋ ਆਪ ਜੀ, ਪੰਜਾਬੀ ਲਹਿਰ ਦੇ ਨਾਸਰ ਢਿੱਲੋਂ ਵੀਰ ਜੀ, ਇਹ ਸਿੰਘ ਤੂਫਾਨੀ, ਇਹਨਾਂ ਦਾ ਪੇਜ ਵੀ ਆਪ ਜੀ ਲਾਇਕ ਕਰੋ ਅਤੇ ਸ਼ੇਅਰ ਕਰੋ। ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਸਾਹਿਬ ਭਾਈ ਲੌਂਗਵਾਲ ਜੀ, ਵੀਰ ਜੀ ਪਾਕਿਸਤਾਨੀ ਸੰਗਤਾਂ ਨੂੰ ਮੈਸੇਜ ਆਪ ਜੀ ਨਾਲ ਚੱਲ ਕੇ ਆਈਏ ਪਿਆਰ ਨਾਲ। ਇਹ ਸਿੰਘ ਸਾਹਿਬ ਜੀ ਵੀ ਨਾਲ ਬੈਠੇ ਆ, ਬਹੁਤ ਸ਼ੁਕਰੀਆ। ਔਰ ਜੋ ਸੰਗਤਾਂ ਨੇ ਬਹੁਤ ਪਾਕਿਸਤਾਨ ਦੀ ਜਿਹੜੇ ਸੰਗਤਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ, ਬੜੇ ਆਦਰ ਸਤਿਕਾਰ ਦੇ ਨਾਲ ਸ਼ਰਧਾ ਸਤਿਕਾਰ ਦੇ ਨਾਲ ਨਗਰ ਕੀਰਤਨ ਵਿੱਚ ਸਾਰੀਆਂ ਸ਼ਾਮਿਲ ਹੋਈਆਂ। ਔਰ ਸਾਰੀਆਂ ਪਾਕਿਸਤਾਨ ਸੰਗਤਾਂ ਦਾ ਹੁਣ ਇੰਡੀਅਨ ਸਾਈਡ ਦੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਵਾਹਗਾ ਬਾਰਡਰ ਪਹੁੰਚ ਕੇ ਵਿਸ਼ਾਲ ਤਰੀਕੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇ। ਅਤੇ ਸਿਕਿਉਰਿਟੀ ਏਜੰਸੀਜ਼, ਪਾਕਿਸਤਾਨ ਪੁਲਿਸ, ਪਾਕਿਸਤਾਨ ਰੇਂਜਰ ਨੇ ਬੜਾ ਹੀ ਤਾਊਨ ਕੀਤਾ ਸਾਡੇ ਨਾਲ। ਸ਼ਾਇਦ ਪੰਨੀ ਮਾ ਕੇ ਬੰਦ ਸ਼ੋ ਆਓ ਸਿਗਨਲ ਕਰ ਸ਼ੋ ਮੁੱਲ ਲੱਗ ਗਿਆ ਹੋ, ਬਸ ਬੰਦ ਸ਼ਿਮੋ ਤੱਕ ਮਕਸਦ ਲੱਗ ਗਿਆ ਹੋ। ਇਤਿਹਾਸਿਕ ਨਗਰ ਕੀਰਤਨ ਵੀਰ ਜੀ, ਆਪ ਜੀ ਨੂੰ ਬੇਨਤੀ ਹੈ ਕਿ ਸ਼ੇਰ ਨਾਲੇ ਨਾਲੇ ਸ਼ੇਰ ਜ਼ਰੂਰ ਕਰਿਓ ਆਪ ਜੀ, ਬਿਲਕੁਲ ਆਪ ਜੀ ਸ਼ੇਅਰ ਕਰਿਓ ਨਾਲੇ ਨਾਲੇ। ਇਹ PTC ਨਿਊਜ਼ ਦੀ ਟੀਮ, ਪੰਜਾਬੀ ਲਹਿਰ ਦੀ ਟੀਮ ਵੀ ਬੜੀ ਸੇਵਾ ਕੀਤੀ ਇਹਨਾਂ ਨੇ। ਮੁਖਤਲਿਫ ਮੀਡੀਆ ਦੇ ਲੋਕ, ਮੀਡੀਆ ਪਰਸਨ ਆਏ ਹੋਏ ਆ, ਥੋੜਾ ਜਿਹਾ ਲਾਈਵ ਕਰਕੇ ਭੇਜਿਆ ਵਾਕਾ ਸੀ ਆਈ ਸੀ ਆਈ।
वाघा बॉर्डर दिल लायो, आप जी वेख रहे हो लायो फ्रॉम वाघा बॉर्डर। मैं बेनती करता हाँ कि हो सकता है कुछ देर बाद सारा रबता साढ़ा सिस्टम ऑफलाइन भी हो जाए, क्योंकि बॉर्डर के सिग्नल का मसला होता वा। जे ऑफलाइन हो गया नेटवर्क तो समझियो मोबाइल सेट से खड़ जो कहता रोके जान दियो जान दियो जे साडी किसी ने सुननी होती है इतने लग गया بارون تیز بارون کی ਬਾਈ ਭੁਪਿੰਦਰ ਸਿੰਘ ਜੀ, ਆਪ ਜੀ ਨਗਰ ਕੀਰਤਨ ਬਾਰੇ ਕੀ ਵਿਚਾਰ ਰੱਖਦੇ ਹੋ? ਵਾਘਾ ਬਾਰਡਰ ਤੋਂ ਲਾਇਓ, ਕਿਰਪਾ ਕਰਕੇ ਆਪ ਜੀ ਸ਼ੇਅਰ ਵੀ ਕਰੋ ਤੇ ਲਾਈਕ ਵੀ ਕਰੋ। ਪਾਣੀ सिक्योरिटी क्लियरेंस हो रही है, प्रशासन अपना काम बखूबी निभा रहे हैं सारे। ਅਮਨਪ੍ਰੀਤ ਸਿੰਘ ਜੀ ਸਾਰੇ ਆਏ ਆ, ਉਹ ਪ੍ਰਧਾਨ ਤਾਂ ਨਹੀਂ ਸੀ, ਜਨਰਲ ਸੈਕਟਰ ਸੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਸਲੋ ਜਾਈ ਬਾਬਾ ਜੀ, ਅਸੀਂ ਨਾ ਚੁੱਪ ਪੋਤੂ ਲਾਇਓ ਫਰੋਮ ਵਾਘਾ ਬਾਰਡਰ ਪਾਕਿਸਤਾਨ ਸਾਈਡ। ਹਾਂਜੀ ਬਾਬਾ ਜੀ, ਡੰਡਾ ਪੰਜ 6 ਦਿਨ ਵੇਲੇ ਐਤਵਾਰ ਦੀ ਛੁੱਟੀ ਆ। ਅੱਛਾ ਫੋਟੋ ਵੀ ਹੋ ਰਹਾ ਨਾ। ਹਨੀ ਸ਼ਰਮਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ 00922334888993 ਜ਼ੀਰੋ ਲਾਈਨ ਪ੍ਰੀਤ ਪਪਿੰਦਰਾ ਹੋਇਆ ਬੋਲੇ ਸੋ ਸਤਿ ਸ਼੍ਰੀ ਅਕਾਲ ਪਪਿੰਦਰ ਮਨੇ ਨਰਵਾਣਾ ਗੱਲ ਗੁੱਸਾ ਸੁਣਾ ਸੀ ਅਕੰਸ਼ਾ ਦੰਮਾ ਜੀ, ਬਿਲਕੁਲ ਆਪਕੀ ਮਿਹਰਬਾਨੀ ਹੈ, ਆਪਕੀ ਆਪਕਾ ਪਿਆਰ ਹੈ। ਇਹ ਬਿਲਕੁਲ ਜ਼ੀਰੋ ਲਾਈਨ ਦੇ ਨੇੜੇ ਅਸੀਂ ਪਹੁੰਚ ਗਏ ਹਾਂ। ਰਾਜ ਕਰੇਗਾ। ਕੈਮਰਾ ਰੋਡ ਖੁੱਲਾ ਹੋਇਆ।
ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਬੁਲਾਈ ਸੋਨਹਾਰ ਲਾਇਓ ਫਰੋਮ ਜ਼ੀਰੋ ਲਾਈਨ 'ਤੇ ਬਿਲਕੁਲ ਸੰਗਤ ਉਤਸ਼ਾਹ ਨਾਲ ਇੰਤਜ਼ਾਰ ਕਰ ਰਹੀ ਹੈ। ਸ਼ਾਇਦ ਤੁਹਾਡੇ ਵਿੱਚ ਕੋਈ ਮੈਨੂੰ ਵੀ ਵੇਖਦਾ ਹੋਏਗਾ, ਇਹ ਪਤਾ ਨਹੀਂ, ਪਰ ਆਪਣੇ ਅਰਦਾਸਾਂ ਵਿੱਚ ਦਾਸ ਨੂੰ ਯਾਦ ਰੱਖਿਓ, ਪਿਸ਼ਾਵਰੀ ਸਿੰਘ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਨਾਂ ਨੂੰ ਆਪ ਜੀ ਯਾਦ ਰੱਖਿਓ। ਜ਼ੀਰੋ ਲਾਈਨ ਦੇ ਬਿਲਕੁਲ ਕਰੀਬ ਜਾ ਰਹੇ ਹਾਂ ਅਸੀਂ। ਸੰਗਤ ਵੀ ਬਹੁਤਾ ਇੰਤਜ਼ਾਰ ਕਰ ਰਹੀ ਹੈ। ਪਰੇਡ ਹੋਰ ਵੱਖ ਲੈਣਾ ਪਰੇਡ ਪਰ ਬਾਰਡਰ ਹੀ ਆਪ ਜੀ ਕੇ ਪਰੇਡ ਕੀ ਰਦਵਾਣੋ ਗੇਟੂ ਨਾ ਨਹੀਂ ਰਦਵਾਣੋ ਗੇਟੂ ਨੂੰ ਕਮਾਂ ਸੇ ਪਰੇਡ ਦੀ ਪਰੇਡ ਹੀ ਪਰੇਡ ਸੰਗਵਾ ਦਾ ਝੰਡਾ ਉਹ ਨਡਿੰਗ ਹੈ। ਸੰਗਤ ਪਹਿਲੇ ਤੋਂ ਵੀ ਇੰਤਜ਼ਾਰ ਕਰ ਰਹੀ ਹੈ। ਬਹੁਤ ਬਹੁਤ ਧੰਨਵਾਦ ਗੌਰਮੈਂਟ ਆਫ ਪਾਕਿਸਤਾਨ ਦਾ, ਸਿਕਿਉਰਿਟੀ ਏਜੰਸੀਜ਼ ਦਾ, ਟ੍ਰੈਫਿਕ ਪੁਲਿਸ 111-222 ਦਾ। ਸਾਲਾਤੀ ਸੰਤੋਖੀ ਮੱਕੀ ਪਰੀ ਪਰੀ ਦਿਓ ਨਾ ਦਾ ਗਿੜ ਪਰੀ ਸੁਕਾ ਮੋਟਰ ਇਹ ਕੋਲੇ ਕਹੇ ਗੋੜੀ ਸਰਾ ਸੁਕਾ ਗਿੜ ਪਰੀ ਗੋੜੇ ਫਰੋ ਬੋਲੋ ਮੋਟਰ ਇਹ ਮੋਟਰ ਇਹ ਸੰਗਤ ਵੀ ਇੰਤਜ਼ਾਰ ਕਰ ਰਹੀ ਆ ਸਾਰੀ। ਪਾਕਿਸਤਾਨ ਰੇਂਜਰ ਨੇ ਵੀ ਬੜਾ ਤਾਉਨ ਕੀਤਾ ਸਾਡੇ ਨਾਲ। ਕੋਈ ਚੰਦ ਕਦਮ ਦੂਰ ਆ ਬਸ ਸਿਕਿਉਰਿਟੀ ਕਲੀਅਰੈਂਸ ਹੋਣੀ ਹੈ, ਬਾਕੀ ਸਾਰਾ ਕੁਛ ਹੀ ਓਕੇ ਆ। ਕਿਰਪਾ ਕਰਕੇ ਆਪ ਜੀ ਸ਼ੇਅਰ ਵੀ ਕਰਿਓ ਤੇ ਨਾਲੇ ਲਾਈਕ ਵੀ ਕਰਿਓ। ਬਹੁਤ ਹੀ ਜ਼ਿਆਦਾ ਤਾਉਨ ਕੀ ਹੈ ਪਾਕਿਸਤਾਨ ਰੇਂਜਰ, ਪਾਕਿਸਤਾਨ ਪੁਲਿਸ, ਮੁਲਕ ਕੇ ਮੁਖਤਲਿਫ ਸਿਕਿਉਰਿਟੀ ਏਜੰਸੀਜ਼ ਨੇ ਬੜਾ ਹੀ ਤਾਉਨ ਕੀਆ ਹੈ, ਮੁਕੰਮਲ ਪ੍ਰੋਟੋਕੋਲ ਕੇ ਸਾਥ ਰੁਖਸਤ ਕਰ ਰਹੇ ਹੈ। ਦਾ ਜ਼ੀਰੋ ਲਾਈਨ ਪੂਰੀ ਜੂ ਬਲਚਰ ਤਾਂ ਨਾ ਜੂ ਮਹਿਮਾਨ ਮੜਾ ਗ੍ਰਹਿਣ ਹੈ ਉਹਦਾ ਪਰੇਡ ਆ ਰਹੀ ਆ ਰਹੀ ਹੈ ਮਹੀਨੇ ਵਾਲਮ ਜੀ ਮਰਦਾਨ ਦੇ ਮਰਦਾਨ ਬ੍ਰਿਧ ਮਰਦਾਨ ਦੇ ਰਾਜਿੰਦਰ ਸਿੰਘ ਰੂਬੀ ਵੀਰ ਜੀ ਬਹੁਤ ਹੀ ਸੇਵਾ ਕੀਤੀ ਇਹਨੇ ਅਤੇ ਮੁਕੰਮਲ 8-9 ਦਿਨ ਤੇ ਲੱਗੇ ਹੋਏ ਆ, ਬਿਲਕੁਲ ਹੀ ਇਹਨਾਂ ਨੂੰ ਟਾਈਮ ਨਹੀਂ ਲੱਭਿਆ। ਆਪਣੇ ਪਾਕਿਸਤਾਨੀ 5-7-10 ਸਿੰਘ ਬਹਿ ਕੇ ਆ ਜਾਓ ਮੰਡਾ ਹੂਆ ਮੰਡਾ ਪੋਤੀ ਕੀ ਗੀ ਪੋਤੀ ਕੀ ਗੀ ਯਾਰ ਨਾ ਪੋਤੇ ਦਿਲ ਦਾ ਨਾ ਹੋਵਾ ਤੂੰ ਗੋੜੇ ਯਾਰ ਸ਼ਨਾਨ ਕੜਾ ਕਰੋ ਬੱਚੇ ਬਾਰੇ ਪੁੱਛ ਲਿਆ ਕਰਵਾ ਹੋ ਗਿਆ
ਫੋੜ ਕੇ ਖੇ ਜਾਵਾਂ ਇਤਿਹਾਸਿਕ ਮੂਮੈਂਟ ਆਖਰੀ ਮੂਮੈਂਟ ਕੁਛ ਕਰ ਸਕੀਏ ਆਪਾਂ ਮਿਲ ਕੇ ਹਾਂਜੀ ਅਸੀਂ ਮਿਸ਼ਨ ਸਿੰਘ ਜੀ ਨੂੰ ਬੇਨਤੀ ਕਰਾਂਗੇ ਤੁਹਾਨੂੰ ਨੌਜਵਾਨਾਂ ਨੂੰ ਵੀ ਸਾਡੀ ਵੀ ਤਮੰਨਾ ਸੀ 13 ਤਰੀਕ ਨੂੰ ਗੁਰਪੁਰਬ ਲੈ ਕੇ ਆਈਏ ਬਿਲਕੁਲ ਸਰਕਾਰ ਨੂੰ ਕਹੋ ਸਾਨੂੰ ਵੀ ਇਜਾਜ਼ਤ ਦੇਣ ਬਿਲਕੁਲ ਮਿਸ਼ਨ ਜੀ ਹੈ ਐਸਾ ਨਜ਼ਾਰਾ ਹੋਊਗਾ ਨੌਜਵਾਨ ਨੂੰ ਕੋਈ ਜ਼ਿੰਦਗੀ 'ਚ ਨਹੀਂ ਦੇਖਿਆ ਹੋਊਗਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ ਮੋਨਾ ਵੀਡੀਓ ਕੇ ਕਲਿੱਕ ਕਰ ਵੀਰੇ ਮੋਲਾ ਕੋ ਵੀਡੀਓ ਕੀ ਤਸਵੀਰ ਨਾ ਹੋਵੇ ਸਾ ਵੀਡੀਓ ਕੇ ਬਹੁਤ ਹੀ ਜ਼ਬਰਦਸਤ ਤਰੀਕੇ ਸੇ ਸਪੋਰਟ ਕੀਆ ਹਮੇ ਪਾਕਿਸਤਾਨ ਕੀ ਮੁਖਤਲਿਫ ਸਿਕਿਉਰਿਟੀ ਏਜੰਸੀਜ਼ ਨੇ ਪਾਕਿਸਤਾਨ ਰੇਂਜਰ ਨੇ ਪਾਕਿਸਤਾਨ ਟ੍ਰੈਫਿਕ ਪੁਲਿਸ ਪਾਕਿਸਤਾਨ ਪੁਲਿਸ ਪਾਕਿਸਤਾਨ ਲੋਕਲ ਪੁਲਿਸ ਏਲਿਟ ਫੋਰਸ ਅੱਜ ਦੋਵਾਂ ਪਾਸੇ ਸਿੱਖਾਂ ਦੀ ਪਰੇਡ ਹੈ ਉੱਧਰ ਵੀ ਇੱਧਰ ਵੀ ਅੱਜ ਅਮਨ ਦੀ ਗੱਲ ਹੋ ਰਹੀ ਹੈ ਅੱਜ ਸ਼ਾਂਤੀ ਦੀ ਗੱਲ ਹੋ ਰਹੀ ਹੈ ਅੱਜ ਅਮਨ ਦੀ ਗੱਲ ਹੋ ਰਹੀ ਹੈ ਅੱਜ ਸ਼ਾਂਤੀ ਦੀ ਗੱਲ ਹੋ ਰਹੀ ਹੈ ਕਿਰਪਾ ਕਰਕੇ ਆਪ ਜੀ ਸ਼ੇਅਰ ਕਰ ਦਿਓ ਇਤਿਹਾਸਿਕ ਮੂਮੈਂਟ ਹੈ ਇਤਿਹਾਸਿਕ ਲਮਹਾ ਵਾ ਆਪ ਜੀ ਨੇ ਬੜਾ ਸਾਥ ਦਿੱਤਾ ਸਾਰਾ ਦਿਨ ਸਾਡੇ ਨਾਲ ਆਪ ਜੀ ਰਹੇ ਆਪਕੀ ਇਜਾਜ਼ਤ ਨਹੀਂ ਹੋਗੀ ਤੂੰ ਨਹੀਂ ਆਏਗੇ ਨਹੀਂ ਆਏਗਾ ਭਾਈ ਨਹੀਂ ਆਏਗਾ ਥੋੜ੍ਹਾ ਅੱਗੇ ਥੋੜ੍ਹਾ ਅੱਗੇ ਯਾਰ ਲਗਾ ਦੇ ਯਾਰ ਉਠਾ ਦੇ ਛੇਤੀ ਉਠਾ ਦੇ ਯਾਰ
ਹੀ ਸਾਡੀ ਦੁਸ਼ਮਣ ਲਗੀਰ ਹੈ ਜਿਹਨੇ ਦੋਵਾਂ ਦੇਸ਼ਾਂ ਨੂੰ ਵੰਡਿਆ ਹੋਇਆ ਵਾ। ਬੀਜੀਆਂ ਅੱਖਾਂ ਨਾਲ ਸੰਗਤ ਇੰਡੀਅਨ ਦੇ ਸੰਗਤਾਂ ਨੂੰ ਅਲਵਿਦਾ ਕਰ ਰਹੀ ਹੈ। ਸਾਰੀਆਂ ਸੰਗਤਾਂ ਦੀਆਂ ਅੱਖਾਂ ਨਮ ਨੇ ਸਾਰੀਆਂ। ਕਹਿਣ ਦੇ ਅਲਫਾਜ਼ ਨਹੀਂ ਹੈ ਕਿਸੇ ਕੋਲ ਵੀ। ਇਹੀ ਉਹ ਲਕੀਰ ਹੈ ਦੋਵਾਂ ਦੇਸ਼ਾਂ ਨੂੰ ਵੰਡਿਆ ਹੋਇਆ ਵਾ ਜਿਹਨੇ। ਬਾਬਾ ਜੀ ਇਹ ਬੁੱਢਾ ਦਲ ਦੇ ਮੁਖੀ ਸਨ ਬਾਬਾ ਬਲਬੀਰ ਸਿੰਘ ਜੀ। ਦੋ ਅਲਫਾਜ਼ ਪਾਕਿਸਤਾਨੀ ਸੰਗਤਾਂ ਵਾਸਤੇ। ਪਾਕਿਸਤਾਨ ਦੀਆਂ ਸੰਗਤਾਂ ਨੇ ਜਿਹੜਾ ਅਥਾਹ ਪਿਆਰ ਦਿੱਤਾ ਗੁਰਦੁਆਰਾ ਨਨਕਾਣਾ ਸਾਹਿਬ ਤੋਂ, ਜਿਹੜਾ 5.5 ਸਾਲਾਂ ਨੂੰ ਮਹਾਨ ਨਗਰ ਕੀਰਤਨ ਸਮਰਪਿਤ ਜਿਹੜਾ ਚੱਲਿਆ ਸੀ, ਅਤੇ ਮੈਂ ਪਾਕਿਸਤਾਨ ਦੀਆਂ ਸੰਗਤਾਂ ਦਾ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇੱਥੋਂ ਦੇ ਜਿਹੜੇ ਨੌਜਵਾਨ ਬੱਚੇ ਜਿਨ੍ਹਾਂ ਨੇ ਗੁਰਸਿੱਖ ਬੱਚੇ ਬਹੁਤ ਹੀ ਪਿਆਰ ਦੇ ਨਾਲ ਸਾਡੇ ਨਾਲ ਨਾਲ ਨਗਰ ਕੀਰਤਨ ਦੇ ਆਏ ਨੇ, ਸੰਤ ਨੂੰ ਕਿਰਪਾ ਕਰਨ। ਮੈਂ ਤਾਂ ਪਹਿਲੀ ਵਾਰੀ ਆਇਆ, ਮੈਨੂੰ ਬਹੁਤ ਜ਼ਿਆਦਾ ਪਿਆਰ ਜਿਹੜਾ ਸੰਗਤਾਂ ਨੇ ਦਿੱਤਾ, ਸਮੁੱਚੇ ਹੀ ਜਿਹੜਾ ਆਪਣੇ ਸੰਗਤ ਨੂੰ ਬਹੁਤ ਪਿਆਰ ਦਿੱਤਾ। ਫਿਰ ਦੁਬਾਰਾ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਫਿਰ ਇਸੇ ਤਰ੍ਹਾਂ ਜਿਹੜਾ ਦਰਸ਼ਨ ਕਰ ਸਕੀਏ। ਹਾਂਜੀ ਬਾਈ, ਬਹੁਤ ਪਿਆਰ ਲੈ ਕੇ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ ਦੋ ਅਲਫਾਜ਼ ਪਾਕਿਸਤਾਨੀ ਸੰਗਤਾਂ ਵਾਸਤੇ। ਸਿੰਘ ਸਾਹਿਬ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਾਨੂੰ ਬਹੁਤ ਖੁਸ਼ੀ ਆ ਉੱਥੇ ਅਸੀਂ ਪਾਕਿਸਤਾਨ ਦੀਆਂ ਸੰਗਤਾਂ ਦਾ, ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਕਾਰ ਦਾ ਵੀ ਅਤੇ ਬਹੁਤ ਹੀ ਇਹ ਇਤਿਹਾਸਿਕ ਦਿਹਾੜਾ ਜਦੋਂ 550 ਸਾਲਾਂ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਉਹਨਾਂ ਦੇ ਪ੍ਰਕਾਸ਼ ਸਥਾਨ ਸ਼੍ਰੀ ਗੁਰੂ ਨਾਨਕ ਸਾਹਿਬ ਵੱਲੋਂ ਨਗਰ ਕੀਰਤਨ ਆਰੰਭ ਹੋ ਕੇ ਵਾਹਗਾ ਸਰਹੱਦ 'ਤੇ ਪਹੁੰਚਿਆ, ਹੁਣ ਥੋੜ੍ਹੇ ਸਮੇਂ ਬਾਅਦ ਹੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਿੰਘ ਸਾਹਿਬ ਜੀ ਇੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਗੀਆਂ ਅੱਖਾਂ ਨਾਲ, ਨਮ ਅੰਕਾਂ ਨਾਲ, ਇੰਨੀ ਕੁ ਲਕੀਰ ਨੇ ਇਹ ਰੌਲਾ ਪਾਇਆ ਸਾਰਾ। ਸੰਗਤ ਜੀ ਇਤਨੀ ਸੇਵਾ ਪ੍ਰਵਾਨ ਕਰੋ ਆਪ ਜੀ, ਖੁੱਲ੍ਹਾ ਚੁੱਕਾ ਦੀ ਖੀਮਾ ਅਰਦਾਸਾਂ ਵਿੱਚ ਦਾਸ ਨੂੰ ਜ਼ਰੂਰ ਯਾਦ ਕਰਿਓ। ਹੁਣ ਇੰਨੀ ਬੋਲਣ ਦੀ ਤਾਕਤ ਨਹੀਂ ਹੈ। ਅਲਫਾਜ਼ ਮੇਰਾ ਸਾਥ ਨਹੀਂ ਦੇ ਰਹੇ।